ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਬਲ Apple ਦੇ ਭਾਰਤ ਵਿੱਚ ਆ ਵੱਡੀ ਜੋਇਨਾ 5 ਲੱਖ ਲੋਕਾਂ ਨੂੰ ਮਿਲੇਗੀ ਨੌਕਰੀ ਆਈਪੋਨਾ ਬਣਾਉਣ ਵਾਲੇ ਅਮਰੀਕਾ ਦੇ ਪਰਮੋੱਖ ਤਕਨੀਕੀ ਕੰਪਨੀ ਐਪਲ ਭਾਰਤ ਵਿੱਚ ਵੱਡੇ ਪੱਧਰ ਤੇ ਕਾਰੋਬਾਰ ਕਰਨ ਦੀ ਤਿਆਰੀ ਕਰ ਰਹੀ ਹੈ ਕੰਪਨੀ ਆਪਣੇ ਬਕਰੀਤਾਵਾਂ ਦਰਾਈ ਅਗਲੇ 3 ਸਾਲਾਂ ਦੇ ਵਿੱਚ ਆ ਭਾਰਤ ਵਿੱਚ 5 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮਹੱਈਆ ਕਰਵਾ ਸਕਦੇ ਆ ਸਰਕਾਰ ਦੇ ਨਾਲ ਜੁੜੇ ਸੂਤਰਾਂ ਦੇ ਵੱਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ ਵਰਤਮਾਨ ਦੇ ਵਿੱਚ ਐਪਲ ਦੇ ਬਕਰੀਤਾ ਤੇ ਸਪਲਾਈਅਰ ਭਾਰਤ ਵਿੱਚ 1.5 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ ਐਪਲ ਦੇ ਲਈ ਦੋ ਪਲਾਂਟ ਚਲਾਉਣ ਵਾਲੇ ਟਾਟਾ ਇਲੈਕਟ੍ਰੋਨਿਕਸ ਸਭ ਤੋਂ ਵੱਧ ਦਾ ਰੁਜ਼ਗਾਰ ਪੈਦਾ ਕਰਦੇ ਆ ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਹਿ ਕੇ ਐਪਲ ਭਾਰਤ ਵਿੱਚ ਭਾਰਤਿਆਂ ਦੇ ਵਿੱਚ ਤੇਜ਼ੀ ਲਿਆ ਰਹੀ ਹੈ ਇੱਕ ਪੁਰਾਣੇ ਅੰਦਾਜ਼ੇ ਦੇ ਮੁਤਾਬਕ ਕੰਪਨੀ ਅਗਲੇ 3 ਸਾਲਾਂ ਦੇ ਵਿੱਚ ਆਪਣੇ ਬਕਰੇ ਥਾਂ ਤੇ ਕੰਪੋਨੈਂਟ ਸਪਲਾਈਰਾਂ ਦੇ ਰਾਹੀਂ 5 ਲੱਖਾਂ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਜਾਰੀ ਹੈ ਅਚਾਨਕ ਘੱਟ ਗੀਆਂ ਸੋਨੇ ਚਾਂਦੀ ਦੀਆਂ ਕੀਮਤਾਂ ਜਾਣੋ ਕਿੰਨਾ ਸਸਤਾ ਹੋਇਆ ਸੋਨਾ ਪਿਛਲੇ ਕਈ ਦਿਨਾਂ ਤੋਂ ਸੋਨੇ ਚਾਂਦੀ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਵਿੱਚ ਅੱਜ ਅਚਾਨਕ ਗਿਰਾਵਟ ਦੇਖ ਨੂੰ ਮਿਲੀ ਹੈ ਸੋਨੇ ਚਾਂਦੀ ਦੀਆਂ ਵਾਅਦਾ ਕੀਮਤਾਂ ਵਿੱਚ ਨਰਮੀ ਦੀ ਸ਼ੁਰੂਆਤ ਹੋ ਗਿਆ ਖਬਰ ਲਿਖੇ ਜਾਣ ਦੇ ਸਮੇਂ ਸੋਨਾ ਦਾ ਵਾਅਦਾ ਪਾ ਅੱਜ 72150 ਰੁਪਏ ਦੇ ਆਸ-ਪਾਸ ਜਦ ਕਿ ਚਾਂਦੀ ਦਾ ਵਾਅਦਾ ਪਾ 82950 ਰੁਪਏ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ ਕਮਾਂਤਰੀ ਬਾਜ਼ਾਰ ਦੇ ਵਿੱਚ ਸੋਨੇ ਅਤੇ ਚਾਂਦੀ ਦੇ ਵਾਹਦਾ ਭਾਅ ਦੀ ਸ਼ੁਰੂਆਤ ਵੀ ਸਸਤ ਹੋਣ ਲੱਗੀ ਹੈ ਜਾਣੋ ਸੋਨੇ ਦੀ ਕੀਮਤਾਂ ਮਲਟੀ ਕਮੋਡਿਟੀ ਐਕਸਚੇਂਜ ਐਮਸੀਐਕਸ ਤੇ ਅੱਜ ਯਾਨੀ ਕਿ ਸੋਮਵਾਰ ਨੂੰ 5 ਜੂਨ 2024 ਨੂੰ ਡਿਲੀਵਰੀ ਵਾਲਾ ਸੋਨਾ 6565 ਪਰ ਦੀ ਗਰਾਵਟ ਦੇ ਨਾਲ 72150 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰਿਆ ਅੱਜ ਸਵੇਰ ਤੀ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਰਾਵਟ ਦੇਕਰ ਨੂੰ ਮਿਲਿਆ ਤੇ ਨਾਲ ਹੀ 5 ਅਗਸਤ ਦਾ 2024 ਨੂੰ ਡਿਲੀਵਰੀ ਦੇ ਲਈ ਸੋਨਾ 668 ਰੁਪਏ ਸਸਤਾ ਹੋ ਕੇ 72093 ਰੁਪਏ ਪ੍ਰਤੀ 10 ਗ੍ਰਾਮ ਤੇ ਕਾਰੋਬਾਰ ਕਰਿਆ ਕੀ ਹੈ ਚਾਂਦੀ ਦਾ ਭਾ ਮੀਸੀਐਕਸ ਤੇ ਅੱਜ 3 ਮਈ 2024 ਨੂੰ ਡਿਲੀਵਰੀ ਵਾਲੀ ਚਾਂਦੀ 1286 ਰੁਪਏ ਦੇ ਗ੍ਰਾਊਂਡ ਦੇ ਨਾਲ 82201 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਵਪਾਰ ਕਰਿਆ ਜਰਕੇ 5 ਜੁਲਾਈ 2024 ਨੂੰ ਡਿਲੀਵਰੀ ਵਾਲੀ ਚਾਂਦੀ ਲਗਭਗ 1200 ਰੁਪਏ ਸਸਤੀ ਹੋ ਕੇ 83950 ਰੁਪਏ ਦੇ ਪੱਧਰ ਤੇ ਕਾਰੋਬਾਰ ਕਰ ਰਹੀ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰੇ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੋ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਨੇ ਅਮੀਰਵਾਰਾਂ ਦਾ ਕੀਤਾ ਐਲਾਨ ਹਰ ਸਿਮਰਤਾ ਕੌਰ ਬਾਦਲ ਨੂੰ ਕਿੱਥੋਂ ਮਿਲੇ ਟਿਕਟ ਜਾਣੂ ਪੂਰੀ ਸੂਚੀ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ 6 ਅਮੀਰਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਿਸ ਵਿੱਚ ਚੰਡੀਗੜ੍ਹ ਸੀਟ ਤੋਂ ਵੀ ਅਮੀਰਵਾਰ ਦਾ ਨਾਂ ਸ਼ਾਮਲ ਹੈ ਅਮੀਰਵਾਰਾਂ ਦੇ ਨਾਂ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸੀ ਲੀਡਰ ਮਹਿੰਦਰਾ ਕੇਪੀ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਉਣ ਤੋਂ ਬਾਅਦ ਕੀਤਾ ਇਸ ਮੌਕੇ ਮੀਡੀਆ ਦੇ ਮੁਖਾਤਬ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟੈਗਟਾਂ ਦੇ ਨਾਮਾਂ ਦਾ ਐਲਾਨ ਕੀਤਾ ਬਟਿੰਡਾ ਤੋਂ ਹਰਸਿਮਰਤਾ ਕੌਰ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਜਲੰਧਰ ਤੋਂ ਮਹਿੰਦਰਾ ਕੇਪੀ ਨੂੰ ਉਮੀਦਵਾਰ ਬਣਾਇਆ ਗਿਆ ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਸੂਨ ਸਿੰਘ ਠੱਡਲ ਨੂੰ ਬਣਾਇਆ ਗਿਆ ਤੇ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲ ਨੂੰ ਟੈਗਟ ਦਿੱਤੇ ਗਿਆ ਚੰਡੀਗੜ੍ਹ ਤੋਂ ਹਰਦੀਪ ਸਿੰਘ ਬੋਟਰੇਲਾ ਨੂੰ ਟੈਗਟ ਦਿੱਤੇ ਗਿਆ ਫਰੋਹੀਪੁਰ ਤੋਂ ਬੋਬੀ ਮਾਨ ਨੂੰ ਟੈਗਟ ਦਿੱਤੀ ਗਈ ਹੈ ਕਿਸਾਨਾਂ ਨੂੰ ਇੱਟਾਂ ਮਾਰਨ ਵਾਲੇ ਭਾਜਪਾ ਵਰਕਰਾਂ ਕੁਸੂਤੇ ਫਸੇ ਪੁਲਿਸ ਨੇ ਠੋਕਿਆ ਮਕਦਮਾ ਅਮਰਸਰ ਦੇ ਵਿੱਚ ਆ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ ਦਾ ਵਿਰੋਧ ਕਰਨਾ ਇੱਕ ਕਿਸਾਨਾਂ ਤੇ ਇੱਟਾਂ ਪੱਥਰ ਸੁੱਟਣ ਵਾਲੇ ਪਾਇਪਾ ਵਰਕਰਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਿਆ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਪੁਲਿਸਾ ਪ੍ਰਸ਼ਾਸਨ ਵੀ ਉੱਤੇ ਮੌਜੂਦ ਸੀ ਘਟਨਾ ਤੋਂ ਬਾਅਦ ਕਿਸਾਨਾਂ ਨੇ ਅਗਲੇ ਹੀ ਦਿਨ ਅਮਰਸਰ ਦਿਹਾਤੀ ਦੇ ਐਸਐਸਪੀ ਦਫ਼ਤਰ ਦਾਖਰਾਓ ਕੀਤਾ ਸੀ ਤੇ ਐਫਆਈਆਰ ਦਰਜ ਕਰਨ ਦੇ ਮੰਗਾ ਕੀਤੇ ਗਏ ਸੀ ਐਸ ਪੂਰੀ ਘਟਨਾ ਨੇ ਵੇਚਾ ਅੱਧੀ ਦਰਜਨ ਦੇ ਕਰੀਬ ਆਕਸਾਨ ਜ਼ਖਮੀ ਹੋ ਗਏ ਇਸੇ ਘਟਨਾ ਬੀਤੇ ਬੱਦ ਵਾਰ 17 April ਦੀ ਸ਼ਾਮ ਨੂੰ ਵਾਪਰੇ ਇਸੇ ਅਮਰitsar ਦੇ ਵਿੱਚ ਲੋਪੋਕੇ ਅਧੇ ਨਾ ਪੈਂਦੇ ਪੰਡਾ ਪਾਟੇ ਬਾਟ ਵੇਚਾ ਪਾਈਪ ਆਗੂ ਮਖਵਿੰਦਰ ਸਿੰਘਾ ਮਹਲ ਦੇ ਬਲੂ ਪ੍ਰੋਗਰਾਮ ਕਰਵਾਇਆ ਗਿਆ ਸੀ ਇਸ ਸਬੰਧੀ ਸੂਚਨਾ ਮਿਲਣ ਤੇ ਕਿਸਾਨ ਮਜ਼ਦੂਰਾਂ ਸੰਘਰਸ਼ ਕਮੇਟੀ ਦੇ ਬਰਕਰ ਝੰਡੇ ਲੈ ਕੇ ਪੁੱਜ ਗਏ ਇਸ ਤੋਂ ਬਾਅਦ ਪੰਡਾ ਪਟੇਵਾੜਾ ਦੇ ਮੌਕੇ ਭਾਈਪਾ ਪ੍ਰਚਾਰਕ ਜਗਵੀਰ ਸੰਗਤ ਤੇ ਕੇਵਲ ਸੰਗ ਨੇ ਕਿਸਾਨਾਂ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਜਾਂਚ ਤੋਂ ਬਾਅਦ ਪੁਲਿਸ ਨੇ ਨਰਿੰਦਰ ਸਿੰਘ ਦੀ ਸ਼ਿਕਾਇਤ ਤੇ ਧੂਮਾ ਦੇ ਖਿਲਾਫ ਆਈ ਪੀ ਸੀ 1860 ਦੀ ਧਾਰਾ 323 324 506 ਅਤੇ 34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਰਵਿੰਦਾ ਕੇਰੀਵਾਲ ਨੇ ਜੇਲ੍ਹ ਤੋਂ ਲਿਖੀ ਚਿੱਠੀ ਕਿਹਾ ਮੈਂ ਹਰ ਰੋਜ਼ ਇਨਸੂਲਿਨ ਮੰਗ ਰਿਹਾ ਹਾਂ ਅਰਬਿੰਦਾ ਕਿਰਵਾਨ ਨੇ ਤਾੜ ਜੇਲ੍ਹ ਦੇ ਸੁਪਰਡੈਂਟ ਨੂੰ ਚਿੱਠੀ ਲਿਖੀ ਅਤੇ ਕਿਹਾ ਕਿ ਉਹਨਾਂ ਨੇ ਅੱਜ ਅਖਬਾਰ ਦੇ ਵਿੱਚ ਇੱਕ ਖਬਰ ਪੜ੍ਹੀ ਜਦ ਵਿੱਚ ਉਹਨਾਂ ਨੇ ਪ੍ਰਸ਼ਾਸਨ ਦਾ ਬਿਆਨ ਵੀ ਪੜ੍ਹਿਆ। ਉਹਨਾਂ ਨੇ ਕਿਹਾ ਕਿ ਅਖਬਾਰ ਦੇ ਵਿੱਚ ਲੱਗੇ ਪ੍ਰਸ਼ਾਸਨ ਦੇ ਬਿਆਨ ਝੂਠੇ ਹਨ। ਕਿਰਵਾਲ ਦਾ ਕਹਿਣਾ ਹੈ ਕਿ ਮੈਂ ਹਰ ਰੋਜ਼ ਇਨਸੁਲੀਨਾਂ ਮੰਗ ਰਿਹਾ ਮੈਂ ਆ ਗਲੂਕੋਜ਼ੀਓਮੀਟਰ ਦੇ ਰੀਡਿੰਗਾਂ ਦਿਖਾਈ ਅਤੇ ਕਿਹਾ ਕਿ ਦਿਨ ਦੇ ਵਿੱਚ ਤੈਨੂੰ ਬਾਰ ਸ਼ੂਗਰ ਬਹੁਤ ਜ਼ਿਆਦਾ ਜਾਰੀ ਆ ਸ਼ੂਗਰ 250 ਤੋਂ ਲੈ ਕੇ 320 ਦੇ ਵਿੱਚ ਘਰ ਜਾਂਦੇ ਐ ਇਮਜ ਦੇ ਡਾਕਟਰਾਂ ਨੇ ਕਦੇ ਨਹੀਂ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਆ ਇਮਜਾ ਦੇ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਡਾਟਾ ਤੇ ਪਿਛਲੀ ਹਿਸਟਰੀ ਦੇਖ ਕੇ ਦੱਸਿਆ ਜਾਵੇਗਾ ਉਹਨਾਂ ਦਾ ਕਹਿਣਾ ਕਿ ਤਿਹਾਰ ਪ੍ਰਸ਼ਾਸਨਾ ਸਿਆਸੀ ਦਬਾਅ ਦੇ ਹੇਠ ਪਿਆ ਹੋਇਆ ਤੇ ਆਦੇ ਨਾਲ ਹੀ ਦੱਸਦੇ ਆ ਕਿ ਅੱਜ ਪ੍ਰੈਸ ਕਾਨਫਰੰਸ ਦਰਾਂ ਦਿੱਲੀ ਦੇ ਮੰਤਰੀ ਆਤਿਸ਼ੀਨੇ ਸੋਮਵਾਰ ਨੂੰ ਦੋ ਛਲਾਇਕ ਇਨਫੋਰਸਮੈਂਟ ਡਾਇਰੈਕਟੋਰੇਟ ਆ ਐਡੀ ਨੇ ਮੋੱਖ ਮੰਤਰੀ ਅਰਵਿੰਦਾ ਕਿਰਵਾਲ ਨੂੰ ਇਨਸੂਲਿਨ ਦੀ ਜ਼ਰੂਰਤ ਹੈ ਜਾਂ ਨਹੀਂ ਇਸ ਬਾਰੇ ਏਮ ਜਾਦੇ ਮਾਰਨ ਦੇ ਨਾਲ ਛਲਾ ਮਾਸ਼ਬਰਾ ਕਰਨ ਬਾਰੇ ਅਦਾਲਤ ਵਿੱਚ ਝੂਠਾ ਬੋਲਿਆ ਹੈ ਕਿਰਵਾਲ ਨੂੰ ਡਾਇਬੀਟਿਸ ਹੈ ਤੇ ਕਿਰਵਾਲ ਨੇ ਸ਼ੁੱਕਰਵਾਰ ਨੂੰ ਇੱਕ ਨਵੀਂ ਪਾਰਟੀਸ਼ਨ ਅਧਾਰ ਕਰਕੇ ਆਪਣੇ ਡਾਕਟਰ ਦੇ ਨਾਲ ਰੋਜ਼ਾਨਾ 15 ਮਿੰਟ ਛਲਾ ਮਾਸ਼ਬਰਾ ਕਰਨ ਅਤੇ ਜਿਲਦ ਵਿੱਚ ਇਨਸੂਲਿਨ ਦੇਣ ਦੀ ਮੰਗ ਕੀਤੀ ਸੀ ਆਤਿਸ਼ੀਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਹਿ ਕੇ ਜਿਹੜੀ ਨੇ ਅਦਾਲਤ ਵਿੱਚ ਆ ਝੂਠ ਬੋਲਿਆ ਤੇ ਕਹਿ ਕੇ ਏਮਜ ਦੇ ਮਾਹਿਰਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਤੇ ਕੇਰੀਬਾਲ ਨੂੰ ਇਨਸੂਲਿਨ ਦੀ ਲੋੜ ਨਹੀਂ ਹੈ ਉਹਨਾਂ ਨੇ ਕੇਰੀਬਾਲ ਦੇ ਲਈ ਡਾਈਟ ਚਾਰਟ ਵੀ ਤਿਆਰ ਕੀਤਾ ਹਾਲਾਂਕਿ ਖੁਰਾਕ ਚਾਰਟ ਇੱਕ ਡਾਈਟੀਸ਼ੀਅਨ ਦੁਆਰਾ ਤਿਆਰ ਕੀਤਾ ਜਾਂਦਾ ਨਾ ਕਿ ਕਿਸੇ ਡਾਇਰੈਕਟੋਰਲ ਜਸਟਾ ਦੁਆਰਾ ਸਕੂਲਾਂ ਦੇ ਲਈ ਜਾਰੀ ਹੋਏ ਸਖਤ ਹੁਕਮ 10 ਮਈ ਤੱਕ ਲਾਗੂ ਨਾ ਹੋਣ ਤੇ ਸਖਤ ਕਾਰਵਾਈ ਦੀ ਚੇਤਾਵਨੀ ਸਕੂਲੀ ਬਸਾਂ ਵਿੱਚ ਸਫ਼ਰ ਕਰਨ ਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਐਡਪਟੀ ਕਮਿਸ਼ਨਰ ਗੁਰਦਾਸਪੁਰਾ ਡਾਕਟਰ ਅਹਿਮਾਨਚੂ ਅਗਰਵਾਲ ਨੇ ਅੱਜ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਪ੍ਰਬੰਧਕਾਂ ਤੇ ਪ੍ਰਿੰਸੀਪਲਾਂ ਨੂੰ ਸੇਫ ਸਕੂਲਾ ਬਹਾਨਾ ਪਾਲ ਸਿੱਧੀ ਸਖਤੀ ਦੇ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੰਦਿਆਂ ਕਹਿ ਕੇ ਸਕੂਲੀ ਬਹਾਣਾ ਦੇ ਲਈ 10ਵੇਂ ਤੱਕ ਹਰ ਹਾਲ ਦੇ ਵਿੱਚ ਸੇਫ ਸਕੂਲਾ ਬਹਾਣਾ ਪਾਲਸੀ ਦੇ ਮਾਪਦੰਡਾਂ ਦੇ ਮੁਤਾਬਕ ਕੰਮ ਕੀਤਾ ਜਾਵੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਿਬ ਕੇ ਜ਼ਿਲ੍ਹੇ ਦੇ ਵਾਕ-ਵਾਕ ਸਕੂਲਾਂ ਦੇ ਪ੍ਰਬੰਧਕਾਂ ਪ੍ਰਿੰਸੀਪਲਾਂ ਦੇ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਦਾ ਕਹਿਣਾ ਕਿ ਬੱਚਿਆਂ ਦੀ ਸੁਰੱਖਿਆ ਜ਼ਿਲ੍ਹਾ ਪ੍ਰਸ਼ਾਸਨ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਇਸ ਵਿੱਚ ਕਿਸੇ ਵੀ ਕਿਸਮ ਦੀ ਅਣਗਹਿਲੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਸੇਫ ਸਕੂਲਾ ਵਾਹਨ ਪਾਲ ਸਿੱਦੇ ਮਾਪ ਦੰਡਾ ਦੇ ਅਨੁਸਾਰ ਸਕੂਲਾਂ ਬਸਣ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣ ਚਾਹੀਦੇ ਹਨ ਵਾਹਨਾਂ ਦੇ ਵਿੱਚ ਅੱਗ ਬਜਾਉ ਜੰਤਰ ਅਟੈਂਡੈਂਟ ਅਤੇ ਸਟਾਫ ਦੇ ਵਰਦੀ ਪਾਈ ਹੋਵੇ ਪ੍ਰਦੂਸ਼ਣ ਕੰਟਰੋਲ ਹੈ ਕਲੀਅਰੈਂਸ ਫਾਇਰ ਸਟੇਸ਼ਨਾਂ ਤੇ ਪੁਲਿਸ ਆਦ ਦਾ ਸੰਪਰਕ ਨੰਬਰ ਸਕੂਲੀ ਵਾਹਨਾਂ ਦੇ ਵਿੱਚ ਸਪੀਡ ਗਵਰਨਰ ਲੱਗਾ ਹੋਵੇ ਜੇਕਰ ਇਹ 10 ਮਹੀ ਤੱਕ ਨਾ ਪਾਇਆ ਗਿਆ ਤਾਂ ਸਕੂਲੀ ਬਸਾਂ ਦੇ ਪ੍ਰਬੰਧਕਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੁਲਜ਼ਮ ਆਸ਼ੀਸ਼ ਹਮੇਸ਼ਰਾ ਦੀ ਅੰਤਰਮੈਂ ਜ਼ਮਾਨਤ ਬਰਕਰਾਰ 4 ਹਫ਼ਤਿਆਂ ਦੇ ਬਾਅਦ ਹੋਵੇਗੀ ਸੁਣਵਾਈ। ਜੀ ਹਾਂ ਦੋਸਤੋ ਸੁਪਰੀਮ ਕੋਰਟ ਨੇ 2021 ਵਿੱਚ ਕਿਸਾਨ ਅੰਦੋਲਨ ਦੌਰਾਨ ਲਖੀਮਪੁਰ ਖੇੜੀ ਵਿੱਚ ਹੋਏ ਵਿਵਾਦ ਮਾਮਲੇ ਦੇ ਮੌਕਾਦੋਸ਼ੀਆ ਆਸ਼ੀਸ਼ ਹਮੇਸ਼ਰਾ ਦੀ ਅੰਤਰਮੈਂ ਜ਼ਮਾਨਤ ਨੂੰ ਅਗਲੀ ਸੁਣਵਾਈ ਤੱਕ ਬਰਕਰਾਰ ਰੱਖਿਆ ਆਸ਼ੀਸ਼ ਮੇਸ਼ਰਾ ਨੇ। ਰੈਗੂਲਰ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਆਪਾਂ ਪਟੀਸ਼ਨ ਧਾਰਕ ਕੀਤੀ ਸੀ ਅਤੇ ਅੱਜ ਦੀ ਸੁਣਵਾਈ ਚੱਲ ਰਹੀ ਹੈ ਕੇਸ ਦੀ ਸੁਣਵਾਈ ਦੇ ਦੌਰਾਨ ਵਕੀਲ ਆ ਪ੍ਰਸ਼ਾਂਤ ਆਪੂਸ਼ਣ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਹੈ ਕਿ ਆਸ਼ੀਸ਼ ਮਿਸ਼ਰਾ ਨੇ ਜੁਪੀ ਜਾ ਕੇ ਲੋਕਾਂ ਨੂੰ ਟਰਾਈਸਾਈਕਲ ਬਣ ਕੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ ਤੇ ਉਹਨਾਂ ਦੇ ਕੋਲ ਇਸ ਦੇ ਸਬੂਤ ਵਿਆਨ ਵਕੀਲ ਪ੍ਰਸ਼ਾਂਤ ਆਪੂਸ਼ਣ ਦੇ ਦਲੇਲ ਦਾ ਆਸ਼ੀਸ਼ ਮਿਸ਼ਰਾ ਦੇ ਵਕੀਲ ਨੇ ਵਿਰੋਧਾ ਕੀਤਾ ਤੇ ਉਹਨਾਂ ਦਾ ਕਹਿਣਾ ਕਿ ਇਹਨਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ ਸੁਪਰੀਮ ਕੋਰਟ ਨੇ ਕਹਿ ਕੇ ਜੇਕਰ ਆਸ਼ੀਸ਼ ਅਮੇਸ਼ਰਨ ਜਮਾਨਤ ਦਿਆਂ ਸ਼ਰਤਾਂ ਦੇ ਉਲੰਘਣਾ ਕੀਤਾ ਤਾਂ ਗੰਭੀਰ ਮਾਮਲਾ ਹੈ ਸੁਪਰੀਮ ਕੋਰਟ ਨੇ ਵਕੀਲਾ ਪ੍ਰਸ਼ਾਂਤ ਪੁਸ਼ਨ ਨੂੰ ਇਸ ਮਾਮਲੇ ਦੇ ਵਿੱਚ ਹਲਫਨਾਮਾ ਦਾਇਰ ਕਰਨ ਲਈ ਕਿਹਾ ਸੁਪਰੀਮ ਕੋਰਟ ਨੇ ਕਹਿ ਕੇ ਜੂਪੀ ਦੇ ਟ੍ਰਾਇਲ ਜੱਜਾ ਦੇ ਬਲੋ 20 April ਨੂੰ ਭੇਜ ਕੇ ਰਿਪੋਰਟ ਦੇ ਪਰਚੋਲ ਕੀਤਾ ਗਿਆ ਹੈ ਇਸ ਲਈ ਅਦਾਲਤ ਦੇ ਜੱਜ ਦੇ ਦੁਆਰਾ ਮੁਸ਼ਕਲ ਜ਼ਾਹਿਰਾ ਕੀਤਾ ਗਿਆ ਕਿਉਂਕਿ ਦੋ ਗਵਾਹਾਂ ਨੇ ਕਹਿ ਕੇ ਉਹ ਖਰਾਬ ਸਿਹਤ ਦੇ ਕਾਰਨ ਗਵਾਹੀ ਦੇਣ ਦੇ ਲਈ ਤਿਆਰ ਨਹੀਂ ਹਨ ਤੇ ਸਰਕਾਰੀ ਵਕੀਲ ਨੇ ਬਾਅਦ ਵਿੱਚ ਇਹ ਹੇਠਲੀ ਅਦਾਲਤਾਂ ਨੂੰ ਸਹਿਯੋਗ ਨਹੀਂ ਦਿੱਤਾ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਸਰਕਾਰੀ ਵਕੀਲਾਂ ਤੇ ਪੁਲਿਸ ਨੂੰ ਗਵਾਹਾਂ ਦੀ ਮੌਜੂਦਗੀ ਯਕੀਨੀ ਬਣਾਉਣ ਦੇ ਲਈ ਪ੍ਰਭਾਵੀ ਕਦਮਾਂ ਚੁੱਕਣ ਦੇ ਲੋੜ ਹੈ ਤਾਂ ਜੋ ਹੇਠਲੀ ਅਦਾਲਤ ਦਾ ਸਮਾਂ ਬਰਬਾਦ ਨਾ ਹੋਵੇ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਤੇ ਜਾਰ ਕਰਨ ਦੇ ਲਈ ਵੀ ਕਿਹਾ ਸੁਪਰੀਮ ਕੋਰਟ ਆ ਹੁਣ ਇਸ ਮਾਮਲੇ ਦੀ ਸੁਣਵਾਈ 4 ਹਫ਼ਤਿਆਂ ਬਾਅਦ ਕਰੇਗਾ ਸੁਪਰੀਮ ਕੋਰਟ ਨੇ ਆਸ਼ੀਸ਼ ਹਮੇਸ਼ਰਾ ਔਰ ਪਾਮੂਨ ਨੂੰ ਸ਼ਰਤਾਂ ਦੇ ਨਾਲ ਅੰਤਿਮ ਜਮਾਨਤ ਦੇ ਦਿੱਤੀ ਹੈ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਬਾਦ ਦਾ ਪੂਰਾ ਨਾ ਕਰਨ ਤੇ ਆਪ ਅਮੀਰਵਾਰਾਂ ਨੂੰ ਘੇਰਨ ਦਾ ਸੱਦਾ ਜਮਹੂਰੀ ਕਿਸਾਨ ਸਭਾ ਨੇ ਆਮ ਆਦਮੀ ਪਾਰਟੀ ਨੂੰ ਔਰ ਤਬਰੁਦੀ ਇਕਰਾਰ ਦਿੰਦਿਆਂ ਲੋਕ ਸਭਾ ਚੋਣਾਂ ਦੇ ਵਿੱਚ ਕਿਸੇ ਵੀ ਔਰਤ ਨੂੰ ਟਿਕਟਾ ਨਾ ਦੇਣ ਦੇ ਲਈ ਨਕੇਦੀ ਕੀਤਾ ਐਸ ਮੁੱਦੇ ਤੇ ਵੋਟਾਂ ਮੰਗਣ ਆਉਣ ਸਮੇਂ ਹਾਕਮਾਂ ਤਰਦੇ ਉਮੀਦਵਾਰਾਂ ਤੇ ਆਗੂ ਨੂੰ ਘੇਰ ਕੇ ਸਵਾਲ ਪੁੱਛਣ ਦੀ اپیل ਕੀਤੀ ਹੈ ਇਸ ਦੇ ਨਾਲ ਹੀ ਹਰ ਮਹੀਨੇ 18 ਸਾਲ ਤੋਂ ਉੱਪਰ ਦੀਆਂ ਔਰਤਾਂ ਦੇ ਲਈ ਇੱਕ ਇੱਕ 1000 ਰੁਪਏ ਦਾ ਵਾਅਦਾ ਵੀ ਪੂਰਾ ਨਾ ਕਰਨ ਬਾਰੇ ਸਵਾਲ ਪੁੱਛਿਆ ਜਾਵੇ 1 ਮਈ ਤੋਂ ਤੁਹਾਡੀ ਰਸੋਈ ਪੈਸੇ ਅਤੇ ਬੈਂਕ ਦੇ ਨਾਲ ਸਬੰਧਤ ਜੁੜੇ ਹੋਣਗੇ ਕਈ ਬਦਲਾਅ ਤੁਹਾਡੇ ਬਜਟ ਤੇ ਪੈਸੇ ਦੇ ਨਾਲ ਸਬੰਧਤ ਕਈ ਨੱਜਮਾ ਹਰ ਮਹੀਨੇ ਦੀ ਸ਼ੁਰੂਆਤ ਬਦਲ ਜਾਂਦੇ ਹਨ ਪਹਿਲੇ ਤਰੀਕ ਨੂੰ ਐਲਪੀਜੀ ਸਿਲੰਡਰ ਸੀਐਨਜੀ ਪੀਐਨ ਜਿਹੜੀਆਂ ਕੀਮਤਾਂ ਤੈਅ ਹੁੰਦੀਆਂ ਹਨ ਤੇ ਨਾਲ ਹੀ ਜੈਸ ਬੈਂਕ ਅਤੇ ਆਈਸੀਆਈਸੀਆਈ ਬੈਂਕ ਕਾ ਨੇ ਆਪਣੇ ਬਚਤਾਂ ਖਾਤਿਆਂ ਦੇ ਕਈ ਖਰਚੇ ਉਧਾਰ ਦਿੱਤੇ ਹਨ ਜਾਨੀ ਕਿ ਇਹਨਾਂ ਦੋਵਾਂ ਬੈਂਕਾਂ ਦੇ ਗਾਹਕਾਂ ਨੂੰ ਕੁਝ ਸੇਵਾਵਾਂ ਦੇ ਲਈ ਪਹਿਲਾ ਦਿਨੋਂ ਜ਼ਿਆਦਾ ਪੈਸੇ ਦੇਣੇ ਪੈਣਗੇ ਨਾਲ ਹੀ ਐਚਡੀਐਫਸੀ ਬੈਂਕ ਕਾ ਦੁਆਰਾ ਸੀਨੀਅਰ ਨਾਗਰਿਕਾਂ ਦੇ ਲਈ ਚਲਾਈ ਜਾ ਰਹੀ ਸਕੀਮਾਂ ਦੀ ਅੰਤਿਮ ਮਿਤੀ 10 ਮਈ 2024 ਜਿਹੜੇ ਬੱਚਾ ਨਿਵੇਸ਼ ਦੇ ਲਈ ਘਟ ਸਮਾਚਾਰਾਂ ਤੇ ਆਓ ਜਾਣਦੇ ਹਾਂ ਇਹਨਾਂ ਨਿਯਮਾਂ ਦੇ ਬਾਰੇ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਆ ਅਰਮਿਨ ਦੀ ਪਹਿਲੇ ਤਰੀਕ ਨੂੰ ਤੇਲ ਮਾਰਕੀਟਿੰਗ ਆ ਕੰਪਨੀਆਂ ਐਲਪੀਜੀ ਸਿਲੰਡਰ ਦੀ ਕੀਮਤਾਂ ਤੈਅ ਕਰਦੀਆਂ ਕੰਪਨੀਆਂ 14 ਕਿਲੋ ਦੇ ਕਰੇਲੋ ਐਲਪੀਜੀ ਸਿਲੰਡਰਾਂ ਤੇ 10 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਇਸ ਤੋਂ ਇਲਾਵਾ ਸੀਐਨਜੀ ਤੇ ਪੀਐਨਜੀ ਦੀਆਂ ਕੀਮਤਾਂ ਵੀ ਤੈਅ ਕੀਤੀਆਂ ਜਾਂਦੀਆਂ ਹਨ ਜੱਸ ਬੈਂਕ ਦੇ ਸੇਵਿੰਗਾਂ ਖਾਤੇ ਦੇ ਬਦਲਨਗੇ ਨਾਜਮਾ ਜੱਸ ਬੈਂਕ ਦੇ ਵੈਬਸਾਈਟ ਤੇ ਕਿਹਾ ਗਿਆ ਕਿ ਸੇਵਿੰਗਾਂ ਖਾਤਿਆਂ ਦੇ ਵੱਖ-ਵੱਖ ਰੂਪਾਂ ਦਾ ਕਟੋ ਘਟ ਅਸਤ ਬਕਾਇਆ ਬਦਲਿਆ ਗਿਆ ਹੈ ਅਕਾਊਂਟ ਪ੍ਰੋ ਮੈਕਸ ਅਬੈਜਾ ਕਟੋ ਘਟ ਅਸਤ ਬੈਲੈਂਸ 50000 ਰੁਪਏ ਹੋਵੇਗਾ ਮੈਕਸਿਮਮ ਚਾਰਜ ਦੇ 10000 ਰੁਪਏ ਦੀ ਸੀਮਾ ਤੈਅ ਕਰ ਦਿੱਤੀ ਗਿਆ ਸੇਵਿੰਗ ਅਕਾਊਂਟ ਪ੍ਰੋ ਪਲਸ ਜੈਸਾ ਅਸੈਂਸ ਐਸਸੀ ਅਤੇ ਜੈਸਾ ਰਿਸਪੈਕਟ ਐਸਸੀ ਹਾਂ ਨਾ ਘਟੋ ਘਾਟਾ ਬੈਲੈਂਸ 25000 ਰੁਪਏ ਹੋਵੇਗਾ ਇਸ ਅਕਾਊਂਟ ਦੇ ਲਈ ਚਾਰਜ ਦੀ ਮੈਕਸਿਮਮ ਸੀਮਾ 750 ਰੁਪਏ ਤੱਕ ਰੱਖ ਦਿੱਤੀ ਗਿਆ ਸੇਵਿੰਗ ਅਕਾਊਂਟ ਪਰੂਰ ਬੈਚ ਹੁਣ ਘਟੋ ਘਾਟਾ ਬੈਲੈਂਸ 10000 ਰੁਪਏ ਹੋਵੇਗਾ ਖਰਚਾਂ ਦੇ ਲਈ ਅਧਿਕਤਮ ਸੀਮਾ 750 ਰੁਪਏ ਨਿਰਧਾਰਤ ਕੀਤੀ ਗਿਆ ਇਹ ਨਿਯਮ 1 ਮਈ ਤੋਂ ਲਾਗੂ ਹੋ ਜਾਣਗੇ ਆਈਐਸਐਸ ਬੈਂਕਾ ਦੇ ਬਦਲਣਗੇ ਨਿਯਮਾਂ ICICI ਬੈਂਕ ਕਨੇ ਕਈ ਤਰ੍ਹਾਂ ਦੀਆਂ ਸੇਵਾਵਾਂ ਅਤੇ ਕਾਰਜਾਂ ਵਿੱਚ ਵੀ ਬਦਲਾ ਕੀਤਾ ਹੈ ਨਾ ਡੈਬਿਟ ਕਾਰਡ ਦੀ ਸਾਲਾਨਾ ਫੀਸ ਆ 200 ਰੁਪਏ ਤੱਕ ਕਰ ਦਿੱਤੀ ਗਿਆ ਪਿੰਡੂ ਖੇਤਰਾਂ ਦੇ ਲਈ ਇਹ 11 ਰੁਪਏ ਪ੍ਰਤੀ ਸਾਲ ਹੋਵੇਗਾ ਤੇ ਇੱਕ ਸਾਲ ਦੇ ਵਿੱਚ 25 ਪੰਨਿਆਂ ਵਾਲੀ ਚੈੱਕ ਬੁੱਕ ਦੇ ਲਈ ਕੋਈ ਚਾਰਜ ਨਹੀਂ ਲੱਗੇਗਾ ਇਸ ਤੋਂ ਬਾਅਦ ਦਾ ਚੈੱਕ ਦੇ ਹਰ ਪੰਨੇ ਦੇ ਲਈ 4 ਰੁਪਏ ਅਦਾ ਕਰਨੇ ਪੈਣਗੇ IMPS ਦੇ ਲੈਣ ਦੇਣ ਦੀ ਰਕਮ ਤੇ ਚਾਰਜ ਲੱਗੇਗਾ ਇਹ ₹2 ਤੋਂ ਲੈ ਕੇ ₹15 ਪ੍ਰਤੀ ਟ੍ਰਾਂਜੈਕਸ਼ਨ ਦੇ ਵਿੱਚਕਾਰ ਹੋਵੇਗਾ ਤੇ ਇਹ ਤੁਹਾਡੀ ਰਕਮ ਤੇ ਨਿਰਭਰ ਕਰਦਾ ਹੈ। ਜੀਤਵੈਚ ਅੱਜ ਵੱਡਾ ਐਲਾਨ ਕਰਨਗੇ ਕਿਸਾਨ ਸੰਜਗਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰਾਂ ਮੋਰਚਾ ਦੇ ਸਦੇ ਤੇ ਪੰਜਾਬ ਦੇ ਸ਼ੰਭੂ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਵੱਲੋਂ ਸ਼ੇਦਨਾ ਤੋਂ ਟ੍ਰੈਕ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਕਾਰਨ ਅੱਜ ਸੋਮਵਾਰ ਨੂੰ ਵੀ 61 ਟ੍ਰੇਨਾਂ ਰੱਦ ਹੋਣਗੀਆਂ ਰੇਲਵੇ ਨੇ। ਕੌੰਤੇ ਟ੍ਰੇਨਾਂ ਦੇ ਰੂਟ ਐ ਬਦਲ ਦਿੱਤੇ ਹਨ ਤੇ ਨਾ ਟ੍ਰੇਨਾਂ ਹਨ ਜੋ ਕਿ ਥੋੜੇ ਸਮੇਂ ਦੇ ਲਈ ਚੱਲਣਗੀਆਂ ਦੂਜੇ ਪਾਸੇ ਜੀਤਬਾਚ ਅੱਜ ਕਿਸਾਨਾਂ ਦੀ ਮਹਾ ਪੰਚਾਇਤ ਹੋਵੇਗੀ ਜਿਸ ਵਿੱਚ ਬੰਦ ਤਿੰਨ ਕਿਸਾਨਾਂ ਦੇ ਹਾਈ ਦੇ ਲਈ ਕਿਸਾਨਾਂ ਦੇ ਵੱਲੋਂ ਅੱਜ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ